की खेड़ दिया हो छटापू छटापू। अच्छा अच्छा ठीक है। अच्छा तो सो भी है छटापू किन्ने जने खेड़ देने पक्का नहीं पता है ए 2 4 10 किन्ने मर्जी खेड़ लेंदे लो जी पक्का नहीं पता 2 4 या जिन्ने ने ज्यादा ने अपने हिसाब नाल खेड़ लेंदे ने। जेड़ा ए छटापू है ए मुंडे खेड़दे ने या कुड़ियां खेड़दियां ने या फिर रल के भी खेड़ सकदे ने कौन दसूगा? मुंडे भी खेड़दे ने कुड़ियां भी खेड़दियां ने रल के भी खेलीदा। मुंडे भी खेड़दे ने कुड़ियां भी खेड़दियां ते रल के भी खेड़ लीदा। लो जी आपां ना कुड़ियां नूं पहला ये पुछ लिए कि इस च जित हार किवें हुंदी है। ए जिन्ना तक जी करे ते उन्ना तक खेली जांदे इस दे विच कोई जीत हार नहीं है। लो जी देसी खेड अपनी कोई जित नहीं कोई हार नहीं जदों तक जी करदा उदों तक खेडो। अच्छा ये छटापू मैं तो खेडिया नहीं कदे किवें खेड़दे ने इहनूं पता मैनूं कौन दसू इह तुसीं किवें खेड़दे ने इह? पहले खाने विच पा के छटापू ते उह फिर दूजे विच ठिकरी नूं छुट दिंदे ने ते फिर तीजे विच फिर चौथे विच चौथे विच पा के तीजे विच फिर दो पैर लाईदे चौथे विच तीजे विच पाया हुंदा ना तीजे विच फिर दूजे विच पा दईदा दूजे विच पहले विच बाहर कढ दईदा पैर ला दईदा। ਲਓ ਜੀ ਪਹਿਲੇ ਚੋਂ ਦੂਜੇ 'ਚ ਦੂਜੇ ਤੋਂ ਚੌਥੇ 'ਚ ਚੌਥੇ 'ਚ ਲੱਗਦੇ ਨੇ ਦੋ ਪੈਰ ਅਤੇ ਉੱਤੇ ਦੀ ਘੁਮਾ ਕੇ ਕਹਿੰਦੇ ਬਾਹਰ ਕੱਢ ਦਈਦਾ। ਲਓ ਜੀ ਨੇ ਦੱਸ ਤਾਂ ਦਿੱਤਾ ਪਰ ਮੇਰੇ ਖਿਆਲ 'ਚ ਜਦ ਤੱਕ ਆਪਾਂ ਵੇਖਦੇ ਨਹੀਂ ਉਦ ਤੱਕ ਮੇਰੇ ਖਿਆਲ ਜਿਵੇਂ ਮੈਨੂੰ ਵੀ ਜ਼ਿਆਦਾ ਸਮਝ ਤਾਂ ਨਹੀਂ ਲੱਗੀ ਅਤੇ ਚਲੋ ਫਿਰ ਦੇਖੀਏ ਇਹਨਾਂ ਨੂੰ ਛਟਾਪੂ ਖੇਡਦਿਆਂ ਨੂੰ। ਲਓ ਵੀ ਫਿਰ ਤੁਸੀਂ ਖੇਡੋ ਛਟਾਪੂ ਅਤੇ ਮੈਂ ਵੇਖਦਾ ਤੁਹਾਨੂੰ ਛਟਾਪੂ ਖੇਡਦਿਆਂ ਨੂੰ ਅਤੇ ਉਸ ਤੋਂ ਬਾਅਦ ਫਿਰ ਮੈਂ ਖੇਡਣ ਦੀ ਕੋਸ਼ਿਸ਼ ਵੀ ਕਰਾਂਗਾ। ਦੋਸਤੋ ਛਟਾਪੂ ਦੀ ਖੇਡ 4 6 ਅਤੇ 8 ਖਾਨੇ ਬਣਾ ਕੇ ਖੇਡੀ ਜਾ ਸਕਦੀ ਹੈ। ਫਰਕ ਪੈਂਦਾ ਹੈ ਤਾਂ ਸਿਰਫ ਟਾਈਮ ਦਾ। 4 ਖਾਨੇ ਬਣਾ ਕੇ ਖੇਡਣ ਵਾਲਾ ਸਟਾਪੂ ਕੁਝ ਇਸ ਤਰ੍ਹਾਂ ਦਾ ਦਿਸਦਾ ਹੈ। ਖਿਡਾਰੀ ਪਹਿਲਾਂ 1 ਨੰਬਰ ਖਾਨੇ ਵਿੱਚ ਸਟਾਪੂ ਸੁੱਟਦਾ ਹੈ, ਫਿਰ 4 ਅਤੇ 3 ਨੰਬਰ ਖਾਨੇ ਵਿੱਚ 1 ਪੈਰ ਅਤੇ 2 ਨੰਬਰ ਖਾਨੇ ਵਿੱਚ 2 ਪੈਰ ਰੱਖਣ ਤੋਂ ਬਾਅਦ ਸਟਾਪੂ ਵਾਲੇ ਖਾਨੇ ਵਿੱਚ 1 ਪੈਰ ਨਾਲ ਉਸ ਨੂੰ ਬਾਹਰ ਕੱਢ ਦਿੰਦਾ ਹੈ। ਅਤੇ ਇਸ ਤੋਂ ਬਾਅਦ ਵਾਰੀ ਆਉਂਦੀ ਹੈ ਖਾਨਾ ਪਕਾਉਣ ਦੀ। ਖਾਨਾ ਪਕਾਉਣ ਲਈ ਖਿਡਾਰੀ ਸਟਾਪੂ ਨੂੰ ਦੂਸਰੇ ਪਾਸੇ ਸੁੱਟ ਦਿੰਦਾ ਹੈ ਅਤੇ ਫਿਰ ਪਹਿਲੇ 2 ਖਾਨਿਆਂ ਵਿੱਚ ਸਿੱਧੇ ਪੈਰ ਅਤੇ ਬਾਕੀ 2 ਖਾਨਿਆਂ ਵਿੱਚ ਸਿੱਧੇ ਅਤੇ ਪੁੱਠੇ ਪੈਰ ਲਗਾ ਕੇ ਦੂਜੇ ਪਾਸੇ ਲੰਘ ਜਾਂਦਾ ਹੈ। ਹੁਣ ਖਿਡਾਰੀ ਪਿੱਠ ਕਰਕੇ ਸਟਾਪੂ ਨੂੰ ਪਿੱਛੇ ਸੁੱਟ ਦਿੰਦਾ ਹੈ ਅਤੇ ਸਟਾਪੂ ਜਿਹੜੇ ਖਾਨੇ ਵਿੱਚ ਡਿੱਗ ਪਿਆ ਉਹ ਖਾਨਾ ਉਸਦਾ ਹੋ ਗਿਆ। ਕੋਈ ਵੀ ਦੂਜਾ ਖਿਡਾਰੀ ਉਸ ਖਾਨੇ ਵਿੱਚ ਪੈਰ ਨਹੀਂ ਰੱਖ ਸਕਦਾ ਅਤੇ ਪਹਿਲਾ ਖਿਡਾਰੀ ਇਸ ਖਾਨੇ ਵਿੱਚ 2 ਪੈਰ ਰੱਖ ਕੇ ਲੰਘ ਸਕਦਾ ਹੈ। ਇਹ ਸਿਲਸਿਲਾ ਉਦੋਂ ਤੱਕ ਜਾਰੀ ਰਹਿੰਦਾ ਹੈ ਜਦੋਂ ਤੱਕ ਪਹਿਲਾ ਖਿਡਾਰੀ ਆਊਟ ਨਹੀਂ ਹੋ ਜਾਂਦਾ। ਖਿਡਾਰੀ ਆਊਟ ਉਦੋਂ ਹੁੰਦਾ ਹੈ ਜਦੋਂ ਸਟਾਪੂ ਖਾਨੇ ਵਿੱਚੋਂ ਬਾਹਰ ਡਿੱਗ ਪਵੇ ਜਾਂ ਫਿਰ ਸਟਾਪੂ ਜਾਂ ਪੈਰ ਲਾਈਨ ਉੱਤੇ ਆ ਜਾਵੇ। ਦੋਸਤੋ 6 ਅਤੇ 8 ਖਾਨੇ ਵਾਹ ਕੇ ਖੇਡਣ ਵਾਲਾ ਸਟਾਪੂ ਵੀ ਇਹਨਾਂ ਹੀ ਨਿਯਮਾਂ ਨਾਲ ਖੇਡਿਆ ਜਾਂਦਾ ਹੈ।